ਸੱਸੀ ਕਾਲਜੀ ਸਾਰਿਆਂ ਨੂੰ ਸਵੇਰੀ ਉੱਠ ਕੇ ਅੱਜ ਆਪਾਂ ਕੀਤੀ ਗੋਭੀ ਦੇ ਪਰੌਂਠਿਆਂ ਦੀ ਤਿਆਰੀ ਤੇ ਮਨੀਸ਼ਾ ਨੇ ਪਕਾਏ ਪਰੌਂਠੇ ਤੇ ਆਪਾਂ ਸਾਰਿਆਂ ਨੇ ਵਾਰੀ-ਵਾਰੀ ਬੈਠ ਕੇ ਖਾਦੇ ਤੇ ਬਹੁਤ ਸਵਾਦ ਸੀ ਪਰੌਂਠੇ ਉਸ ਤੋਂ ਬਾਅਦ ਮੈਂ ਤੇ ਹਰਪ੍ਰੀਤ ਗਏ ਇੰਡੀਆ ਸਟੋਰ ਤੇ ਗਰੋਸਰੀ ਲੈਣ ਵਾਸਤੇ ਤੇ ਰਸਤੇ 'ਚ ਸਕੂਲ ਜੋਂ ਸਟਾਰਟ ਹੋਣ ਕਰਕੇ ਬਹੁਤ ਜ਼ਿਆਦਾ ਜਾਮ ਹੋ ਗਿਆ ਤੇ 5 ਮਿੰਟ ਦੀ ਰਾਤ ਤੇ ਆਪਾਂ 15 ਮਿੰਟ ਤੱਕ ਇੰਡੀਆ ਸਟੋਰ ਤੇ ਪਹੁੰਚੇ ਉੱਥੋਂ ਲਈ ਗ੍ਰੋਸਰੀ ਤੇ ਘਰ ਵਾਪਸ ਆਏ ਤੇ ਘਰ ਆਣ ਕੇ ਇਨਾ ਤਿੰਨਾ ਵਾਸਤੇ ਮੈਂ ਬਣਾਈ ਚਾ ਤੇ ਇਹਨਾਂ ਨੇ ਬੈਠ ਕੇ ਪੀਤੀ ਨਾਲੇ ਮਾਰੀਆਂ ਗੱਲਾਂ ਫਿਰ ਸੋਚਿਆ ਕਿ ਆਪਾਂ ਗੁਰਦੁਆਰਾ ਸਾਹਿਬ ਚੱਲਦੇ ਆ ਤੇ ਆਪਾਂ ਰੈਡੀ ਹੋਏ ਤੇ ਮੈਂ ਪਾਇਆ ਨਵਾਂ ਸੂਟ ਤੇ ਫਿਰ ਕਰਾਇਆ ਫੋਟੋ ਸ਼ੂਟ ਕਿਉਂਕਿ ਇਹੰਡੀਆ ਵਾਲੇ ਫੋਟੋ ਮੰਗਦੇ ਆ ਉਹਨਾਂ ਨੂੰ ਭੇਜਣੀ ਪੈਂਦੀ ਆ ਫਿਰ ਗੁਰਦੁਆਰਾ ਸਾਹਿਬ ਪਹੁੰਚੇ ਤੇ ਉੱਥੇ ਜਾ ਕੇ ਪਾਠ ਸੁਣਿਆ ਥੋੜਾ ਜਿਹਾ ਬੈਠੇ ਤੇ ਘਰ ਵਾਪਸ ਆਏ ਮਿਲਦੇ ਆ ਨੈਕਸਟ ਵੀਡੀਓ ਚ ਬਾਏ ਬਾਏ